ਸਤਿ ਸ਼੍ਰੀ ਅਕਾਲ, ਮੇਰਾ ਨਾਮ ਸੀਰਤ ਕੌਰ ਮਾਨ ਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਟੀ ਹਾਂ। ਇੱਕ ਗੱਲ ਮੈਂ ਪਹਿਲਾਂ ਹੀ ਕਹਿਣਾ ਚਾਹੂੰਗੀ ਕਿ ਮੈਂ ਇਸ ਵੀਡੀਓ ਚ ਸਿਰਫ ਉਨ੍ਹਾਂ ਨੂੰ ਮਿਸਟਰ ਮਾਨ ਜਾਂ ਸੀਐਮ ਸਾਹਿਬ ਕਹਿ ਕੇ ਗੱਲ ਕਰੂੰਗੀ। ਮੇਰੇ ਮੂੰਹੋਂ ਪਾਪਾ ਸੁਣਨ ਦਾ ਹੱਕ ਉਹ ਕਾਫੀ ਦੇਰ ਤੋਂ ਖੋ ਚੁੱਕੇ ਨੇ। ਮੇਰਾ ਇਸ ਵੀਡੀਓ ਬਣਾਉਣ ਦਾ ਰੀਜ਼ਨ ਕੋਈ ਪੋਲੀਟੀਕਲ ਮੋਟਿਵ ਨਹੀਂ ਹੈਗਾ, ਸਿਰਫ ਤੇ ਸਿਰਫ ਇਹ ਆ ਕਿ ਮੈਂ ਚਾਹੁੰਦੀ ਹਾਂ ਕਿ ਸਾਡੀ ਸਟੋਰੀ ਵੀ ਸਾਹਮਣੇ ਆਵੇ। ਅੱਜ ਤੱਕ ਜੋ ਵੀ ਲੋਕਾਂ ਨੇ ਸੁਣਿਆ ਉਹ ਸਿਰਫ ਸੀਐਮ ਸਾਹਿਬ ਦੇ ਮੂੰਹੋਂ ਸੁਣਿਆ ਸਾਡੇ ਬਾਰੇ, ਤੇ ਉਸ ਗੱਲ ਕਰਕੇ ਜਿੰਨੀਆਂ ਗੱਲਾਂ ਸਾਨੂੰ ਸੁਣਨੀਆਂ ਪਈਆਂ ਨੇ, ਜਿੰਨਾ ਕੁਛ ਸਾਨੂੰ ਦੇਖਣਾ ਪਿਆ, ਉਹ ਮੈਂ ਡਿਸਕ੍ਰਾਈਬ ਨਹੀਂ ਕਰ ਸਕਦੀ। ਤੇ ਅੱਜ ਤੱਕ ਅਸੀਂ ਚੁੱਪ ਰਹੇ ਹਾਂ, ਸਾਡੇ ਮਦਰ ਚੁੱਪ ਰਹੇ ਨੇ। ਮੈਨੂੰ ਲੱਗਦਾ ਇਹਨਾਂ ਨੇ ਸਮਝ ਲਿਆ ਕਿ ਸਾਡੀ ਚੁੱਪ ਸਾਡੀ ਕਮਜ਼ੋਰੀ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਚੁੱਪ ਰਹਿਣ ਕਰਕੇ ਅੱਜ ਉਹ ਇਸ ਅਹੁਦੇ ਤੇ ਬੈਠੇ ਨੇ। ਪਹਿਲੀ ਗੱਲ ਮੈਂ ਕਰਨਾ ਚਾਹੂੰਗੀ, ਮਿਸਟਰ ਮਾਨ ਦੇ ਵਾਈਫ ਡਾਕਟਰ ਗੁਰਪ੍ਰੀਤ ਮਾਨ ਇਜ਼ ਪ੍ਰੈਗਨੈਂਟ, ਉਹ ਤੀਜੀ ਵਾਰੀ ਬਾਪ ਬਣ ਜਾ ਰਹੇ ਨੇ। ਇਹ ਗੱਲ ਮੈਨੂੰ ਪਤਾ ਲੱਗੀ, ਤੀਸਰੀ ਵਾਰੀ ਬਾਪ ਬਣਨੇ ਜਾ ਰਹਾ ਹੈ, ਇਹ ਉਹਨਾਂ ਨੇ ਮੈਨੂੰ ਆਪ ਲੀਗਲ ਡਾਕੂਮੈਂਟਸ ਮੰਗ ਰਹਾ ਸਮਝਿਆ, ਆਪਣੇ ਬੇਟੇ ਦੁਸ਼ਾਨ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ। ਮੈਂ ਪੁੱਛਣਾ ਚਾਹੂੰਗੀ ਕਿ ਜਿਹੜੇ ਤੁਹਾਡੇ ਦੋ ਜਵਾਕ ਹੈਗੇ ਨੇ, ਮੈਂ 23 ਸਾਲ ਦੀ ਹਾਂ ਤੇ ਮੇਰਾ ਬ੍ਰਦਰ 19 ਸਾਲ ਦਾ ਹੋਣ ਵਾਲਾ, ਆਪਦੇ ਜਵਾਕਾਂ ਨੂੰ ਤੁਸੀਂ ਜਮਾ ਪਾਸੇ ਕਰਕੇ, ਸਾਈਡ ਤੇ ਕਰਕੇ, ਉਹਨਾਂ ਨੂੰ ਭੁਲਾ ਕੇ, ਉਹਨਾਂ ਦੀ ਜ਼ਿੰਮੇਵਾਰੀ ਨਹੀਂ ਲਈ, ਤਾਂ ਤੁਸੀਂ ਇੱਕ ਹੋਰ ਜਵਾਕ ਲੈ ਕੇ ਆਉਣ ਲੱਗੇ ਹੋ ਇਸ ਦੁਨੀਆਂ ਤੇ, ਇਹਦੇ ਪਿੱਛੇ ਕੀ ਰੀਜ਼ਨਿੰਗ ਆ? ਦਿਲਸ਼ਾਨ ਪਿਛਲੇ ਸਾਲ ਚ ਦੋ ਵਾਰ ਗਿਆ ਇਹਨਾਂ ਨੂੰ ਮਿਲਣ, ਇਹਨਾਂ ਨੂੰ ਵਿਜ਼ਿਟ ਕਰਨ। ਉਹ ਚਾਹੁੰਦਾ ਸੀ ਕਿ ਮੈਂ ਆਪਦੇ ਫਾਦਰ ਨਾਲ ਟਾਈਮ ਸਪੈਂਡ ਕਰਾਂ। ਇਹਨਾਂ ਨੇ ਉਹਨੂੰ ਸੀਐਮ ਹਾਊਸ ਦੇ ਵਿੱਚ ਨਹੀਂ ਆਉਣ ਦਿੱਤਾ। ਬਹੁਤ ਕੁਛ ਹੋਇਆ ਉਦੋਂ, ਦੋਨੋਂ ਵਾਰੀ ਜਦੋਂ ਗਿਆ ਉੱਥੇ, ਉਹ ਸਾਡੇ ਫੈਮਿਲੀ ਫਰੈਂਡਸ ਨਾਲ ਰਿਹਾ ਉੱਥੇ ਚੰਡੀਗੜ੍ਹ ਦੇ ਵਿੱਚ। ਇੱਕ ਦਿਨ ਉਹ ਚਲਾ ਗਿਆ ਜਾਂ ਕੁਛ ਹੋ ਗਿਆ ਕਿ ਉਹਨੂੰ ਆਉਣ ਦਿੱਤਾ, ਤਾਂ ਉਹਨੂੰ ਰਾਤ ਨੂੰ ਘਰੋਂ ਕੱਢਿਆ ਕਿ ਤੂੰ ਪਲੀਜ਼ ਜਾ ਇੱਥੋਂ, ਤੂੰ ਇੱਥੇ ਨਹੀਂ ਰਹਿ ਸਕਦਾ ਆਪਦੇ ਬੇਟੇ ਨੂੰ। ਜਿਹੜਾ ਬੰਦਾ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ, ਉਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕ ਲੂ? ਜਿਹੜਾ ਕੁਛ ਅਸੀਂ ਦੇਖਿਆ ਸਾਡੀ ਜ਼ਿੰਦਗੀ ਦੇ ਵਿੱਚ, ਉਹੀ ਇਹ ਪੰਜਾਬ ਦੇ ਲੋਕਾਂ ਨਾਲ ਯੂਜ਼ ਕਰ ਰਹੇ ਨੇ। ਡਿਵੋਰਸ ਦਾ ਰੀਜ਼ਨ ਇਹਨਾਂ ਨੇ ਇਹ ਦੱਸਿਆ ਸੀ ਕਿ ਮੇਰੀ ਵਾਈਫ ਚਾਹੁੰਦੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਨਾ ਜਾਵਾਂ। ਡਿਵੋਰਸ ਦੇ ਕਾਫੀ ਰੀਜ਼ਨਸ ਨੇ ਤੇ ਉਹ ਮੇਰੇ ਮੋਮ ਦੀ ਸਟੋਰੀ ਆ ਦੱਸਣ ਨੂੰ, ਜਦ ਉਹ ਰੈਡੀ ਹੋਏ ਉਹ ਜ਼ਰੂਰ ਦੱਸਣਗੇ, ਪਰ ਕੁਛ ਰੀਜ਼ਨਸ ਮੈਂ ਦੱਸ ਦਿੰਦੀ ਹਾਂ। ਸ਼ਰਾਬ ਪੀਣਾ, ਇਮੋਸ਼ਨਲ ਐਂਡ ਫਿਜ਼ੀਕਲ ਅਬਿਊਸ ਟੁਵਰਡਸ ਮਾਈ ਮਦਰ, ਝੂਠ ਬੋਲਣ ਦੀ ਆਦਤ ਐਂਡ ਇਮੋਸ਼ਨਲ ਬਲੈਕਮੇਲ। ਸ਼ਰਾਬ ਪੀ ਕੇ ਅੱਜ ਵੀ ਇਹ ਕਦੇ ਵਿਧਾਨ ਸਭਾ ਚਲੇ ਜਾਂਦੇ ਆ, ਸ਼ਰਾਬ ਪੀ ਕੇ ਗੁਰਦੁਆਰੇ ਚਲੇ ਜਾਂਦੇ ਆ, ਸ਼ਰਾਬ ਪੀ ਕੇ ਪ੍ਰੈਸ ਕਾਨਫਰੰਸਿਸ ਦੇ ਆਉਂਦੇ ਆ। ਇੱਕ ਲੀਡਰ ਦੇ ਵਾਸਤੇ ਜਿਨ੍ਹਾਂ ਜਿਹਦੇ ਨਾਲ ਇੰਨੇ ਲੋਕਾਂ ਦੀਆਂ ਆਸਾਂ ਜੁੜੀਆਂ ਨੇ, ਤੁਸੀਂ ਇੰਨੀ ਡਿਸਰਿਸਪੈਕਟ ਕਰ ਰਹੇ ਹੋ, ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟ ਪਾਈ ਆ ਉਹਨਾਂ ਦੀ ਹੀ ਡਿਸਰਿਸਪੈਕਟ ਕਰ ਰਹੇ ਹੋ ਇਹ ਗੱਲ ਕਰਕੇ, ਮੈਨੂੰ ਤਾਂ ਪਤਾ ਹੀ ਨਹੀਂ ਇਹ ਯੂਨੋ ਇਹ ਕਿਹੋ ਜਿਹੀ ਆਦਤ ਆ। ਇਮੋਸ਼ਨਲ ਬਲੈਕਮੇਲ ਸਾਡੇ ਨਾਲ ਕਰਦੇ ਸੀ ਇਹ ਕਿ ਯੂਨੋ ਰੋਕ ਕੇ ਦਿਖਾਤਾ, ਅਸੀਂ ਜਵਾਕ ਸੀ ਉਦੋਂ ਸਾਨੂੰ ਨਹੀਂ ਪਤਾ ਸੀ, ਰੋਕ ਕੇ ਦਿਖਾਤਾ ਤਾਂ ਅਸੀਂ ਕਿਹਾ ਓਕੇ ਯੂਨੋ ਆਹ ਗੱਲ ਹੋ ਗਈ, ਅੱਛਾ ਸੋਰੀ। ਅੱਜ ਵੀ ਮੈਂ ਦੇਖ ਰਹੀ ਹਾਂ ਕਦੇ ਕਿਸੇ ਦੇ ਜਵਾਕ ਨੂੰ ਗੱਲ ਲਾ ਕੇ ਰੋ ਰਹੇ ਆ, ਕਿਸੇ ਲੇਡੀ ਨੂੰ ਗੱਲ ਲਾ ਕੇ ਰੋ ਰਹੇ ਆ, ਉਵੇਂ ਇਮੋਸ਼ਨਲ ਬਲੈਕਮੇਲ ਅੱਜ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਨੇ ਸਿੰਪਥੀ ਲੈਣ ਵਾਸਤੇ, ਸਿੰਪਥੀ ਲੈਣ ਵਾਸਤੇ ਆਪਦੇ ਪਾਵਰ ਲਈ, ਆਪਣੇ ਫਾਇਦੇ ਲਈ।
ਬਹੁਤ ਗੱਲਾਂ ਨੇ ਤੇ ਮੈਨੂੰ ਦੱਸਦੀ ਨੂੰ ਘੰਟੇ ਲੰਘ ਜਾਣੇ ਆ, ਪਰ ਮੈਂ ਸਿਰਫ ਇਹ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਸਾਡਾ ਨਾਮ ਇਹਨਾਂ ਦੇ ਨਾਲ ਨਾ ਜੋੜਿਆ ਜਾਏ। ਇਹਨਾਂ ਨੇ ਕਾਫੀ ਕਲੀਅਰ ਕਰਤਾ ਕਿ ਅਸੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਨਹੀਂ ਆਉਂਦੇ, ਮੈਂ ਤੇ ਮੇਰਾ ਬ੍ਰਦਰ ਇਹਨਾਂ ਦੇ ਪਰਿਵਾਰ 'ਚ ਨਹੀਂ ਆਉਂਦੇ। ਇਹਨਾਂ ਦਾ ਪਰਿਵਾਰ ਹੁਣ ਫਿਰ ਤੋਂ ਸ਼ੁਰੂ ਹੋਣ ਲੱਗਿਆ। ਮਿਸਟਰ ਮਾਨ, ਕੰਗ੍ਰੈਚੁਲੇਸ਼ਨਸ, ਤੁਸੀਂ ਫਿਰ ਤੋਂ ਪਿਓ ਬਣ ਚੱਲੇ ਹੋ। ਮੈਂ ਸਿਰਫ ਇਹੀ ਦੁਆ ਕਰ ਸਕਦੀ ਹਾਂ ਕਿ ਉਹ ਜਵਾਕ ਦੀ ਜ਼ਿੰਦਗੀ ਸਾਡੇ ਨਾਲੋਂ ਬੈਟਰ ਹੋਏ। ਉਹ ਜਵਾਕ ਦੇ ਲਈ ਤੁਸੀਂ ਇੱਕ ਚੰਗਾ ਪਾਪ ਬਣ ਕੇ ਦਿਖਾ ਸਕੋ। ਇੱਕ ਰਿਕੁਐਸਟ ਮੈਂ ਹੋਰ ਕਰੂੰਗੀ ਕਿ ਜਿਹੜੇ ਪੰਜਾਬ ਵਾਸਤੇ ਤੁਸੀਂ ਆਪਦਾ ਪਰਿਵਾਰ ਛੱਡਿਆ ਸੀ, ਤੁਸੀਂ ਪਰਿਵਾਰ ਨੂੰ ਛੱਡ ਕੇ ਉਸ ਪੰਜਾਬ ਨੂੰ ਚੁਣਿਆ ਸੀ, ਉਸੇ ਪੰਜਾਬ ਦੇ ਜਵਾਕਾਂ ਲਈ, ਉਸੇ ਪੰਜਾਬ ਦੀਆਂ ਮਾਵਾਂ ਲਈ, ਭੈਣਾਂ ਲਈ ਕੁਛ ਕਰ ਦਿਓ। ਉਹਨਾਂ ਦੀ ਹੀ ਜ਼ਿੰਮੇਵਾਰੀ ਲੈ ਲਓ ਤਾਂ ਸ਼ਾਇਦ ਰੱਬ ਤੁਹਾਨੂੰ ਮਾਫ਼ ਕਰ ਦੇ। ਜਿਹੜਾ ਕੁਛ ਤੁਸੀਂ ਸਾਡੇ ਨਾਲ ਕੀਤਾ ਉਸ ਵਾਸਤੇ ਰੱਬ ਤੁਹਾਨੂੰ ਮਾਫ਼ ਕਰ ਦੇ। ਸਤਿ ਸ਼੍ਰੀ ਅਕਾਲ।